ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਪੰਜਾਬ ਟਾਈਮ ਦੇ ਦਰਸ਼ਕਾਂ ਲਈ ਅਸੀਂ ਨਵਾਂ ਵਿਚਾਰ ਲੈ ਕੇ ਆ ਰਹੇ ਹਾਂ। ਪੰਜਾਬ ਜਿਹੜਾ ਨਾਦਰ ਸ਼ਾਹ ਵਰਗੇ, ਅਬਦਾਲੀ ਵਰਗੇ ਧਾੜਵੀਆਂ ਦਾ ਮੁਕਾਬਲਾ ਕਰਦਾ ਸੀ, ਜਿੱਥੇ ਹਰੀ ਸਿੰਘ ਨਲੂਏ ਵਰਗੇ ਯੋਧੇ ਸ਼ੇਰਾਂ ਨੂੰ ਹੱਥਾਂ ਨਾਲ ਫੜ ਕੇ ਪਾੜ ਦਿਆ ਕਰਦੇ ਸੀਗੇ, ਅਤੇ ਤਾਂ ਹੀ ਉਹਦਾ ਨਾਂ ਹਰੀ ਸਿੰਘ ਨਲੂਆ ਪਿਆ ਸੀ। ਉਸ ਸੂਬੇ ਦੇ ਵਿੱਚ, ਉਸ ਮੁਲਕ ਦੇ ਵਿੱਚ ਅੱਜ ਲੋਕ ਗਾਵਾਂ ਤੋਂ ਅਤੇ ਕੁੱਤਿਆਂ ਤੋਂ ਡਰ ਕੇ ਭੱਜਦੇ ਆ। ਇੱਕ ਇਹ ਵਰਤਾਰਾ ਵਰਤ ਰਿਹਾ। ਪਰ ਸਰ ਤੁਸੀਂ ਦੱਸੋ, ਇਹ ਵਿਚਾਰ ਕਰੋ ਕਿ ਜੇ ਹੁਣ ਤੱਕ ਕਹਿੰਦੇ ਪੰਜਾਬ ਵਿੱਚ ਪਿਛਲੇ ਥੋੜ੍ਹੇ ਸਮੇਂ 150 ਲੋਕ ਜਿਹੜੇ ਆ ਗਾਵਾਂ ਦੇ ਕਾਰਨ ਮਰ ਚੁੱਕੇ ਆ, ਅਤੇ ਕੁੱਤਿਆਂ ਨੇ ਪਾੜ ਕੇ ਖਾ ਲਏ ਆ ਕਿੰਨੇ ਲੋਕ, ਅਤੇ ਇਹ ਕਿਉਂ ਹੋ ਰਿਹਾ ਇੱਦਾਂ? ਨਹੀਂ, ਬੜੀ ਇਹ ਚਿੰਤਾ ਦਾ ਵਿਸ਼ਾ ਹੈਗਾ ਆ। ਲੋਕ ਮੈਂ ਦੇਖਿਆ ਪੰਜਾਬ 'ਚ, ਮੈਂ ਸਾਲ 'ਚ 2-3 ਵਾਰ ਜਾਂਦਾ ਹੈਗਾ, ਅਤੇ ਉਹ ਲੋਕਾਂ ਦੀਆਂ ਫਸਲਾਂ ਵੱਡੀ ਪੱਧਰ ਤਬਾਹ ਕਰਦੇ ਹੈਗੇ ਆ। ਲੋਕ ਰਾਤ ਨੂੰ ਸੌਂਦੇ ਨਹੀਂ ਹੈਗੇ, ਲੋਕ ਉਹਨਾਂ ਨੂੰ ਬੰਨ ਕੇ ਕਿਤੇ ਹੋਰ ਪਿੰਡ ਛੱਡ ਜਾਂਦੇ ਆ, ਹੋਰ ਪਿੰਡ ਵਾਲੇ ਮੁੜ ਕੇ ਹੋਰ ਥਾਂ ਛੱਡ ਜਾਂਦੇ ਹੈਗੇ ਆ। ਕਿੰਨੇ ਐਕਸੀਡੈਂਟ ਹੋਏ ਆ, 150 ਉੱਪਰ ਤਾਂ ਬੰਦਾ ਮਰੀ ਚੁੱਕਾ ਹੈਗਾ। ਇਹ ਕੁੱਤਿਆਂ ਨੇ ਜਿਹੜੇ ਬਜ਼ੁਰਗ ਦੇ ਬੱਚਿਆਂ ਨੂੰ ਵੱਢ ਕੇ ਖਾ ਲਿਆ, ਉਹਨਾਂ ਦੀ ਗਿਣਤੀ ਵੀ ਇਹ ਸੈਂਕੜੇ ਵਿੱਚ ਹੀ ਹੈਗੀ ਆ। ਜੀ, ਅਤੇ ਲੋਕ ਤਾਂ ਜੇ ਇੰਗਲੈਂਡ 'ਚੋਂ ਕਈ ਕਹਿੰਦੇ ਜਾਓ ਨਾ ਇੰਡੀਆ ਨੂੰ, ਵੀ ਉੱਥੇ ਕੁੱਤੇ ਅਤੇ ਜਿਹੜੇ ਹੈਗੇ ਆ ਅਵਾਰਾ ਜਾਨਵਰ ਜਿਹੜੇ ਹੈਗੇ ਆ, ਸਾਹਨ ਹੈਗੇ, ਗਾਈਆਂ ਸੜਕਾਂ 'ਤੇ ਫਿਰਦੀਆਂ, ਉਹ ਰੋਕ ਰਹੇ ਹੈਗੇ ਆ। ਅਤੇ ਸਾਡੀ ਸਰਕਾਰ ਜਿਹੜੀ ਹੈਗੀ ਆ, ਉੱਥੇ ਗਾਉਂ ਦੇ ਵਿੱਚ ਪਹਿਲਾਂ ਦਿਨ ਵਿਸ਼ਵਾਸ ਹੈਗਾ ਸਾਡੇ ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਦਾ, ਵੀ ਇਹ ਸਾਡੀ ਮਾਤਾ ਹੈਗੀ ਆ। ਪਰ ਉਹ ਮਾਤਾ ਸੀਗੀ ਦੇਸੀ, ਜਿਹੜੀ ਗਾਂ ਮਾਤਾ ਆਪਣੇ ਬੱਚਿਆਂ ਨੂੰ ਥੋੜ੍ਹਾ ਮਾਰਦੀ, ਪਰ ਨਹੀਂ, ਉਹ ਤਾਂ ਹੁਣ ਸਾਡੇ ਇਹਨਾਂ ਦੀ ਆਸਥਾ ਬਣੀ ਆ ਨਾ, ਅਤੇ ਉਹ ਹੈ ਤਾਂ ਜਾਨਵਰ ਹੀ ਆ ਨਾ, ਹਾਂਜੀ, ਉਹਨੂੰ ਤਾਂ ਨਹੀਂ ਪਤਾ ਕੌਣ ਅਤੇ ਕੌਣ ਕੀ ਨਹੀਂ ਹੈਗਾ। ਅਤੇ ਉਹ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਮੈਂ ਕਿਹਾ ਇਸ ਵੇਲੇ ਪੰਜਾਬ 'ਚ ਵੀ ਕਰੋੜ ਦੇ ਲੱਗ ਹੋ ਚੱਲੀ ਹੈਗੀ ਆ, ਯੂਪੀ ਹਰਿਆਣੇ ਵਿੱਚ ਕਈ ਕਰੋੜ ਆ, ਆਉਣ ਵਾਲੇ ਸਮੇਂ 'ਚ ਕਹਿੰਦੇ ਇਹਨਾਂ ਦੀ ਆਬਾਦੀ 10 ਸਾਲਾਂ ਤੱਕ ਨਾ 30 ਕਰੋੜ ਤੱਕ ਚੱਲ ਜਾਣੀ ਜਾਨਵਰਾਂ ਦੀ। ਅਤੇ ਉੱਥੇ ਇੰਨਿਆਂ ਨੂੰ ਕਿੱਦਾਂ ਸਰਕਾਰ ਸੰਭਾਲੂਗੀ? ਅਤੇ ਉੱਥੇ ਅੱਧੇ ਤੋਂ ਜ਼ਿਆਦਾ ਬਜਟ, ਨਾ ਆਰਮੀ ਦਾ ਕਹਿੰਦੇ ਬਜਟ ਆ ਨਾ, ਇੰਨਾ ਬਜਟ ਤਾਂ ਉਹਨੇ ਸੰਭਾਲ ਦੀ ਲੱਗਣਾ। ਲੋਕ ਟੈਕਸ ਦੇ ਰਹੇ ਉਹਦੇ ਵਾਸਤੇ, ਟੈਕਸ ਲਿਆ ਜਾਂਦਾ, ਫਿਰ ਵੀ ਟੈਕਸ ਵੀ ਲਿਆ ਜਾਂਦਾ, ਇੰਨਾ ਬਜਟ ਕਿੱਥੋਂ ਲਿਆਉਣਗੇ ਉਹ ਦੇਣ ਲਈ? ਲੋਕਾਂ ਦੀ ਸਹੂਲਤਾਂ ਦੇਣਗੇ, ਉਹ ਸੜਕਾਂ ਬਣਾਉਣਗੇ, ਹਸਪਤਾਲ ਬਣਾਉਣਗੇ, ਜਾਂ ਕਾਲਜ ਖੋਲਣਗੇ, ਉਹ ਇੰਡਸਟਰੀ ਲਾਉਣਗੇ, ਸਾਰਾ ਖਰਚ ਇੱਥੇ ਕਰਿਆ ਕਰਨਗੇ। ਅਤੇ ਇਹ ਲਈ ਮੇਰੇ ਜਿਹੜੇ ਸਾਡੇ ਪਰਸਨਲ ਬੰਦਾ, ਦੇਖੋ ਅਸੀਂ, ਮੈਂ ਕਿਹਾ ਮੰਡੀ ਤਾਂ ਤੁਸੀਂ ਵੇਚ ਕੇ ਦੇਣ, ਅਤੇ ਮੈਂ ਹੀ ਵੇਚ ਦੇਣ ਹੈਗਾ। ਅਸੀਂ, ਮੇਰੇ ਖਿਆਲ, ਮੈਨੂੰ ਤਾਂ ਹੋ ਗਿਆ 35-40 ਸਾਲ, ਅਤੇ ਮੈਂ ਤਾਂ ਕਦੀ ਵੀ ਮੀਟ ਖਾਧਾ ਹੀ ਨਹੀਂ। ਪਹਿਲਾਂ ਯੰਗ ਵੇਲੇ ਜ਼ਰੂਰ ਛੋਟੇ ਹੁੰਦੇ ਪੰਜਾਬ ਦੇ ਵਿੱਚ ਜਿਹੜੀ ਇਹਦੀ ਵਰਤੋਂ ਕੀਤੀ ਹੋਊਗੀ, ਮੰਡੇਰ ਸਾਹਿਬ ਨਹੀਂ ਖਾਂਦੇ ਹੈਗੇ, ਪਰ ਫਿਰ ਵੀ ਅਸੀਂ ਹੁਣ ਐਂਡ 'ਤੇ ਮਨੁੱਖਤਾ ਨੂੰ ਬਚਾਉਣ ਦੇ ਲਈ ਨਾ, ਅਤੇ ਇਹ ਜਿਹੜੀਆਂ ਬਲੈਤੀ ਗਾਈਆਂ ਨਾ, ਜਿਹੜੇ ਸਾਡੇ, ਮੇਰੇ ਖਿਆਲ ਹੈ ਇਹ ਤਾਂ ਇੱਧਰੋਂ ਨਸਲ ਯੂਰਪ 'ਚੋਂ ਗਈ ਹੈ ਜਾਂ ਅਮੈਰੀਕਾ ਤੋਂ ਗਈ ਆ, ਜ਼ਿਆਦਾ ਦੁੱਧ ਲਾਲਚ ਨਾਲ। ਇਹਨਾਂ ਦੀ ਮੇਰੇ ਖਿਆਲ ਹਿੰਦੂਆਂ ਦੀ ਆਸਥਾ ਨਹੀਂ ਚਾਹੀਦੀ ਹੈਗੀ ਇਹਨਾਂ ਨੂੰ, ਜਿਹੜੀ ਹੈਗੀ ਜਿਹੜੀਆਂ, ਅਤੇ ਤੀਵਨ 80% ਤੋਂ ਉੱਪਰ ਆ ਜਿਹੜੀਆਂ ਸੜਕਾਂ 'ਤੇ ਇਹ ਛੱਡੀਆਂ ਜਾਂਦੀਆਂ ਹੈਗੀਆਂ। ਇਹਨਾਂ ਨੂੰ ਜ਼ਰੂਰ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ ਜਿੱਦਾਂ ਪਹਿਲਾਂ, ਅੱਜ ਤੋਂ 2-4 ਸਾਲ ਪਹਿਲਾਂ ਇਹਨਾਂ ਨੂੰ ਸਟਾਟੋ ਸੈਂਕ ਘੱਲ ਦਿੰਦੇ ਸੀਗੇ, ਅਤੇ ਇੰਡੀਆ ਗਵਰਨਮੈਂਟ ਦੀ ਇਨਕਮ ਵੱਧਦੀ ਸੀਗੀ, ਅਤੇ ਅਜੇ ਵੀ ਉਹਦਾ ਵੱਡੀ ਪੱਧਰ 'ਤੇ ਸਾਰਿਆਂ ਨਾਲ ਜ਼ਿਆਦਾ, ਕਹਿੰਦੇ ਦੱਸਦੇ ਬ੍ਰਾਜ਼ੀਲ ਤੋਂ ਬਾਅਦ ਇੰਡੀਆ ਐਕਸਪੋਰਟ ਕਰਦਾ ਗਾਂ ਦਾ ਮਾਸ ਜਿਹੜਾ ਹੈਗਾ, ਪਾਬੰਦੀ ਦੇ ਬਾਵਜੂਦ ਵੀ। ਪਰ ਇੱਕੋ ਇਹਦਾ ਹੱਲ ਹੈਗਾ ਆ ਕਿ ਜਿਹੜੀਆਂ ਉੱਥੇ ਦੀ ਨਸਲ, ਪੰਜਾਬ ਦੀ ਨਸਲ ਜਾਂ ਇੰਡੀਆ ਦੀ ਨਸਲ ਨਹੀਂ ਗੀ ਹੈਗੀ, ਇਹ ਕਿਸੇ ਨਾ ਕਿਸੇ ਦਿਨ ਤਾਂ ਸਾਨੂੰ ਇਹ ਸਖ਼ਤ ਫੈਸਲੇ ਲੈਣੇ ਪੈਣੇ ਹੈਗੇ ਆ। ਸਾਨੂੰ ਪਤਾ ਹਿੰਦੂ ਧਰਮ ਦੀ ਆਸਥਾ ਹੈਗੀ ਆ, ਪਰ ਇਹ ਵੀ ਦੇਖੋ ਐਂਡ 'ਤੇ ਬੀਜੇਪੀ ਦੇ ਵੀ ਕਿ ਬੰਦਿਆਂ ਨੇ ਪੁਜਾਰੀ ਵੀ ਨਹੀਂ ਮਾਰਦੇ ਹੈਗੇ ਆ। ਹਾਂਜੀ, ਇਹ ਤਾਂ ਆਪਣੇ ਬੱਚੇ ਬਾਹਰ ਜਾਣ ਤੋਂ ਡਰਦੇ ਹੈਗੇ ਆ। ਨਿੱਤ ਕੋਈ ਵੀਡੀਓ ਆ ਜਾਂਦੀ, ਦੇਖੀ ਦੀਆਂ ਪੁਜਾਰੀ ਭਾਗਵੇਂ ਵਾਲੇ ਵੀ ਭੱਜੇ, ਸਾਧੂ ਜਿਹੜੇ ਆ ਉਹ ਵੀ ਭੱਜੇ ਜਾਂਦੇ, ਮੂਹਰੇ ਗਾਈਆਂ ਉਦੋਂ ਚੱਕ ਚੱਕ ਮਾਰਦੀਆਂ ਸਾਂਝੇ। ਇਸ ਲਈ ਦੇਖੋ ਅਸੀਂ ਤਾਂ ਗਾਂ ਦਾ ਤਾਂ ਕੀ ਆ, ਅਸੀਂ ਤਾਂ ਕੋਈ ਮੀਟ ਜਾਨਵਰ ਦੀ, ਅਸੀਂ ਤਾਂ ਹਰੇਕ ਜਾਨਵਰ ਚਾਹੁੰਦੇ ਹੁੰਦੇ ਵੀ ਨਾ ਇਹਨਾਂ ਨੂੰ ਮਾਰਿਆ ਜਾਵੇ। ਪਰ ਹੁਣ ਜਦ ਉਹ ਮਨੁੱਖਤਾ ਲਈ, ਸਮਾਜ ਲਈ, ਸਾਡੇ ਬੱਚੇ ਬੱਚੀਆਂ ਲਈ ਜਾਂ ਬਜ਼ੁਰਗਾਂ ਲਈ ਉਹ ਜਿਹੜੀ ਇਸ ਵੇਲੇ ਖਤਰਾ ਬਣ ਜਾਣਾ,
ਫਿਰ ਸਾਨੂੰ ਇਹ ਚਾਹੀਦਾ ਹੈਗਾ ਕਿ ਇੱਕ ਉਹਨਾਂ ਦੀ ਵੀ ਕੋਈ ਲਾਈਫ ਥੋੜ੍ਹੋ ਆ, ਕਿਤੇ ਪਲਾਸਟਿਕ ਖਾਈ ਜਾਂਦੇ ਆ, ਗੰਦ ਖਾਈ ਜਾਂਦੇ ਹੈਗੇ ਆ, ਬੈਟਰ ਹੈਗਾ ਵੀ ਉਹਨਾਂ ਨੂੰ ਆਪਣੀ ਹੋਰ ਲਾਈਫ 'ਚ ਜਾਣ ਉਹ, ਅਤੇ ਉਹਨਾਂ ਦੀ ਜਿਹੜੀ ਹੈਗੀ ਆ। ਮੈਂ ਇੰਗਲੈਂਡ 'ਚ ਇੱਥੇ ਇੱਕ ਦਿਨ ਜੂ 'ਚ ਗਿਆ ਸੀ, ਜੰਗਲ ਦੇ ਇੱਥੇ ਓਪਨ ਜੰਗਲ ਹੈਗੀ ਇੱਧਰ ਚਿੜੀਆਘਰ ਬੋਰਮੋ ਸਾਲ, ਅਤੇ ਉੱਥੇ ਮੈਂ ਪੁੱਛਿਆ ਵੀ ਆਹ ਥੋੜ੍ਹਾ ਹੈਰਨ ਦੀਆਂ ਹੋਰ ਕੀ ਨਸਲਾਂ ਸੀਗੀਆਂ। ਉਹ ਕਹਿੰਦੇ ਇਹਨਾਂ ਦੀ ਇੰਨੀ ਜ਼ਿਆਦਾ ਵਾਧਾ ਹੋ ਜਾਂਦਾ ਆ ਵੀ ਸਾਨੂੰ 2 ਸਾਲੀ ਇਹਨਾਂ ਵਿੱਚੋਂ 2-4 ਹਜ਼ਾਰ ਮਾਰਨਾ ਪੈਂਦਾ, ਨਹੀਂ ਕਿਤੇ ਸਾਡੇ ਕੋਲ ਇਸ ਜੰਗਲ ਦੇ ਵਿੱਚ ਇੰਨੇ ਸੰਭਾਲ ਨਹੀਂ ਹੋਣੇ ਜਾਨਵਰ। ਅਤੇ ਇੱਦਾਂ ਹੀ ਪੰਜਾਬ ਮੈਂ ਦੇਖਿਆ ਕਿਸਾਨ ਬਹੁਤ ਤੰਗ ਆ, ਅਤੇ ਇੱਦਾਂ ਹੀ ਕੁੱਤਿਆਂ ਦੀ ਗੱਲ ਹੈਗੀ ਆ, ਕੋਈ ਪੋਲਿਸੀ ਨਹੀਂ ਗੀ। ਜੇ ਅਸੀਂ ਉਹਨਾਂ ਨੂੰ ਕਹਿੰਦੇ ਸੀ ਜੇ ਉਹਨਾਂ ਨੂੰ ਕਰਾਂਗੇ ਸਟਰਲਾਈਜ਼ ਕਰਾਂਗੇ, ਫਿਰ ਮੈਨੂੰ ਕਿਹਾ, ਮੈਂ ਇੱਕ ਡਾਕਟਰ ਨੂੰ ਮਿਲਿਆ ਵੀ ਸੀ ਇੱਕ ਨੂੰ, ਮੈਂ ਡਾਕਟਰ ਸਾਹਿਬ ਕਹਿੰਦਾ ਸੀ ਇੱਦਾਂ ਕਰੋ ਫੜ ਕੇ ਜਲੰਧਰ ਲੈ ਜਾਓ। ਮੈਂ ਕਿਹਾ ਇਹਨੂੰ ਫੜੇ ਕਿੱਦਾਂ, ਇਹ ਤਾਂ ਸਰਕਾਰੀ ਪੱਧਰ 'ਤੇ ਉਹਨਾਂ ਦੀ ਕੋਈ ਟਰੱਕ ਦੇਣ, ਕੋਈ ਫੰਡ ਵਾਲੀ ਚੀਜ਼ਾਂ ਦੇਣ, ਆਪਣੇ ਉਹ ਸਟਾਫ ਘੱਲਣ। ਫੇ ਹੀ ਆ ਹੁਣ ਗਾਵਾਂ ਵਿੱਚ ਤਾਂ ਧਾਰਮਿਕ ਆਸਥਾ ਹੋਈ, ਧਾਰਮਿਕਤਾ ਕਰਕੇ ਵੀ ਇਹਦਾ ਵਿਸ਼ਵਾਸ ਆ, ਪਰ ਕੁੱਤੇ ਵਿੱਚ ਕੀ ਕੁੱਤੇ ਕੋਈ ਨਹੀਂ? ਇਹ ਨਹੀਂ, ਸੈਂਟਰ ਨੇ ਲਾਹ ਬਣਾਤਾ, ਇਹ ਮੈਨਕਾ ਕਹਿੰਦੇ ਨਹੀਂ ਜੀ, ਜਾਨਵਰ ਜਿਹੜੇ ਆ ਘੱਟਦੇ ਜਾਂਦੇ ਆ ਅਤੇ ਇਹਨਾਂ ਨੂੰ ਕੋਈ ਮਾਰ ਨਹੀਂ ਸਕਦਾ ਹੈਗਾ, ਇਹ ਲਾਹ ਸੈਂਟਰ ਦਾ ਬਣਿਆ, ਇਹ ਉਹਨਾਂ ਨੂੰ ਬਦਲਣਾ ਚਾਹੀਦਾ। ਜਾਨਵਰ ਬੰਦਿਆਂ ਨੂੰ ਮਾਰ ਸਕਦੇ ਆ? ਉਹ ਮਾਰ ਸਕਦੇ ਆ, ਉੱਥੇ ਉੱਥੇ ਕੋਈ ਕੇਸ ਨਹੀਂ ਗਾ। ਜੇ ਬੰਦਾ ਜਾਨਵਰ ਨੂੰ ਮਾਰੂਗਾ ਤੇ ਉਹਨੂੰ ਸਜ਼ਾ ਹੁੰਦੀ ਆ। ਹਾਲਾਂਕਿ ਇਸ ਮੁਲਕ ਵਿੱਚ ਜੇ ਜਿਹੜਾ ਕਿਸੇ ਜਾਨਵਰ ਆ ਉਹ ਓਨਰ ਆ, ਜਿਹੜਾ ਮਾਲਕ ਆ ਉਹਨੂੰ ਸਜ਼ਾ ਦਿੱਤੀ ਜਾਂਦੀ ਆ, ਉਹਦਾ ਜਾਨਵਰ ਕਿਸੇ ਕੁੱਤਾ ਕਿਸੇ ਨੂੰ ਕੱਟ ਨਹੀਂ ਤਾਂ ਮਾਲਕ ਨੂੰ ਸਜ਼ਾ ਦਿੱਤੀ ਜਾਂਦੀ ਆ, ਫਾਈਨ ਵੀ ਹੁੰਦਾ ਹੈ, ਉਹਨੂੰ ਜੇਲ੍ਹ ਵੀ ਹੁੰਦੀ ਆ। ਇੱਥੇ ਜਿਹੜਾ ਨਾ ਜਾਨਵਰ ਦਾ ਪ੍ਰਬੰਧ ਹੈਗਾ, ਪਰ ਜੇ ਇੱਥੇ ਕੋਈ ਕੁੱਤੇ ਸੜਕ 'ਤੇ ਤੁਰੇ ਫਿਰਦੇ ਆ, ਉਹ ਇੱਥੇ ਜਿਹੜੇ ਉਹਨਾਂ ਦੇ ਸੈਂਟਰ ਹੈਗੇ ਆ ਕੁੱਤੇ ਸੰਭਾਲਣ ਵਾਲੇ, ਉਹ ਇਹਨਾਂ ਨੂੰ ਫੜ ਕੇ ਲੈ ਜਾਂਦੇ ਆ, ਉਹ 2-3 ਮਹੀਨਿਆਂ ਦੀ ਦੇਖਭਾਲ ਕਰਦੇ ਆ, ਉਹ ਲੋਕਾਂ ਨੂੰ ਕਹਿੰਦੇ ਆ, ਲੋਕ ਜਿਹੜੇ ਨਾ ਪਿਆਰ ਕਰਦੇ ਜਾਨਵਰਾਂ ਨੂੰ, ਉੱਥੇ ਉਹ ਦੇਖਣ ਆਉਂਦੇ ਰਹਿੰਦੇ ਆ, ਜੇ ਕਿਸੇ ਚੰਗਾ ਲੱਗਦਾ ਲੈ ਜਾਂਦੇ ਆ, ਜੇ ਕਿਸੇ ਜਾਨਵਰ ਨੂੰ ਜਾਂ ਕੁੱਤੇ ਜਾਂ ਬਿੱਲੀ ਨੂੰ ਨਹੀਂ ਪਸੰਦ ਜਾਂਦਾ ਗਾਹ, ਕੋਈ ਉਹ ਤਾਂ ਹੈ ਨਹੀਂ ਕੋਈ ਵੀ ਸੇਵਾ ਕਰਨ ਵਾਲਾ ਲੱਭਦਾ, ਫਿਰ ਉਹਨੂੰ ਉਹ ਖਤਮ ਕਰ ਦਿੰਦੇ ਆ। ਬਹੁਤਾ ਚੰਗੀ ਰੱਖਦੇ, ਗਿਣਤੀ ਜਿਹੜੀ ਆਪਣੀ ਉਹ ਲਿਮਿਟਡ ਹੀ ਰੱਖਦੇ ਆ, ਵੀ ਇੰਨੀਆਂ ਕੁ ਤਾਂ ਅਸੀਂ ਜਿਹੜੀ ਸੰਭਾਲ ਕਰ ਸਕਦੇ ਹਾਂ, ਜੇ ਤਾਂ ਕੋਈ ਜ਼ਿਆਦਾ ਚਾਹੀਦਾ ਹੈਗਾ, ਜਿਹਨਾਂ ਦੀ ਆਸਥਾ ਹੈਗੀ ਆ ਉਹ ਸਾਰੀਆਂ ਗਾਂਆਂ ਨੂੰ ਆਪਣੇ ਆਪਣੇ ਖੇਤਾਂ ਦੇ ਵਿੱਚ ਆਪਣੇ ਫਾਰਮਾਂ ਦੇ ਵਿੱਚ ਰੱਖ ਕੇ ਸੇਵਾ ਕਰਨ ਉਹਨਾਂ ਦੀ। ਤੇ ਹੁਣ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਗਾਈਆਂ ਦੀ ਪਾਲੋ ਵੀ ਨਾ, ਨਹੀਂ ਤਾਂ ਦੁੱਧ ਹੀ ਘਾਟ ਆ ਜਾਊਗੀ। ਤੇ ਬੜਾ ਇਹ ਅਹਿਮ ਇਸ਼ਾ ਹੈਗਾ, ਅਸੀਂ ਵੀ ਚਾਹੁੰਦੇ ਨਹੀਂ ਸੀ ਬੋਲਣਾ, ਕੋਈ ਵੀ ਇੱਥੇ ਲੀਡ ਨਹੀਂ ਕਰ ਰਿਹਾ ਇੰਡੀਆ ਦੇ ਵਿੱਚ ਮੀਡੀਆ, ਤੇ ਜੇ ਕੋਈ ਗੱਲ ਕਰਦਾ ਵੀ ਆ ਲੋਕ ਜਿਹੜੇ ਥੋੜੇ ਉੱਥੇ ਉਸ ਖਿਆਲਾਂ ਦੇ ਹੈਗੇ ਆ, ਬਹੁਤ ਕੱਟੜ ਖਿਆਲਿਆਂ ਦੇ ਭਗਤਾਂ ਤੋਂ, ਸੈਨਿਕਾਂ ਤੋਂ ਡਰਦੇ ਆ, ਉਹ ਕਹਿੰਦੇ ਕੁੱਟਦੇ ਆ, ਮਾਰਦੇ ਆ, ਮਾਰ ਦਿੰਦੇ। ਤੇ ਇਹ ਲਈ ਸਾਨੂੰ ਇੱਕ ਦਿਨ ਨਾ ਉੱਠਣਾ ਹੀ ਪੈਣਾ ਹੈਗਾ, ਤੇ ਇਹ ਲਈ ਇਹਨਾਂ ਦੇ ਜਿਹੜੀ ਆ ਇੰਨੀ ਜੀ ਜ਼ਿਆਦਾ ਗਿਣਤੀ ਬਣ ਗਈ ਤੇ ਮਨੁੱਖਤਾ ਲਈ ਰਹਿਣਾ ਔਖਾ ਹੋ ਜਾਣਾ ਹੈਗਾ। ਇਸ ਲਈ ਸਰਕਾਰ ਜਿਹੜੀ ਪੰਜਾਬ ਦੀ ਆ ਚਾਹੇ ਇੰਡੀਆ ਦੀ ਆ ਨਾ, ਉਹ ਜਿਹੜੇ ਲਾ ਇਹਨਾਂ ਦੇ ਥੋੜ੍ਹੀ ਬਹੁਤੀ ਬਦਲਾਅ ਲਿਆ ਦੇਵੇ, ਵੀ ਜਿਹੜੀਆਂ ਬਾਹਰੋਂ ਨਸਲਾਂ ਆਈਆਂ ਹੈਗੀਆਂ ਆ ਉਹਨਾਂ ਦੀ ਆਸਥਾ ਹਿੰਦੁਸਤਾਨ ਦੀਆਂ ਦੀ ਨਹੀਂ ਸੀਗੀ, ਜੇ ਉਹਨਾਂ ਨੂੰ ਵੀ ਉਹ ਆਪਾਂ ਪਰਾਂ ਕਿਸੇ ਤਰ੍ਹਾਂ ਉਹਨਾਂ ਨੂੰ ਉੱਥੇ ਨਹੀਂ ਹੁੰਦੀਆਂ ਸੜਕਾਂ ਦੇ ਦੇਣਾ, ਤੀ ਹੋਰ 80% ਜਿਹੜੀਆਂ ਘਟਾਵਾਂ ਘੱਟ ਜਾਣੀਆਂ ਹੈਗੀਆਂ, ਅਤੇ ਸਿਰ 20% ਉੱਥੇ ਦੇ ਰਹਿ ਜਾਣੀਆਂ, ਉਹਨਾਂ ਨੂੰ ਜਿਹੜੀ ਗੌਰਮੈਂਟ ਜਿਹੜੀ ਆ ਸੰਭਾਲਣ ਦਾ ਜੋ ਪ੍ਰਬੰਧ ਕਰੇ। ਰਾਜਭਾਗ ਨਾਲ ਹੀ ਆ, ਉਹਨਾਂ ਨੇ ਆਪਣੀਆਂ ਪਾਰਟੀਆਂ ਦੇ ਮੈਂਬਰਾਂ ਨੂੰ ਜਿਹੜੀ ਹੈਗੀ ਆ ਖੁੱਲੀ ਛੁੱਟੀ ਦਿੱਤੀ ਹੈਗੀ ਆ। ਉਹ ਇਕੱਲੇ ਮੈਂ ਕਈ ਥਾਈ ਮੈਂ ਵੀ ਦੇਖਿਆ ਮੀਡੀਆ ਦੇ ਵਿੱਚ, ਉਹ ਲੋਕਾਂ ਨੇ ਲੋਕਾਂ ਨੂੰ ਲੁੱਟਣ ਦੇ ਲਈ ਸਾਧਨ ਬਣਾ ਲਿਆ ਵੀ ਇਹ ਬੰਦਾ ਗਾਉਣ ਲੱਗ ਜਾਂਦਾ, ਇਹਨੂੰ ਫੜ ਲਓ ਤਾਂ 10-20 ਹਜ਼ਾਰ ਰੁਪਇਆ ਲੈ ਲਓ ਤੇ ਸਾਡੀ ਬੱਲੇ ਬੱਲੇ ਹੋ ਜਾਊਗੀ। ਤੇ ਇਹਲੇ ਵੀ ਜਿੱਦਾਂ ਹੁਣ ਸਾਡੇ ਬੰਦੇ ਪੰਜਾਬੀ ਦੇ ਸ਼ੀਤ ਉੱਠੇ ਆ ਨਾ, ਇੱਦਾਂ ਹੀ ਸਾਨੂੰ ਕਿਸਾਨਾਂ ਦੀ ਮਦਦ ਵੀ ਕਰਨੀ ਚਾਹੀਦੀ ਹੈ, ਇੱਦਾਂ ਹੀ ਲਹਿਰ ਚੱਲਣੀ ਚਾਹੀਦੀ ਆ ਤਾਂ ਜਿਹੜੇ ਲੋਕ ਜਿਹੜੇ ਇੱਥੇ ਸੁਖੀ ਵੱਸ ਸਕਣ। ਧੰਨਵਾਦ, ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ, ਫਿਰ ਪੇਸ਼ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।